ਪੰਜਾਬੀਆਂ ਦੀ ਤਰੱਕੀ ਦਾ ਇੱਕ ਹੋਰ ਮੀਲ ਪੱਥਰ ਦਿਖਾਉਣਾ ਸਾਨੂੰ ਹੌਂਕੇ ਜਿਹੜਾ ਸਟੇਸ਼ਨ ਆ ਹੌਂਕੇ ਨੇ ਯੂਨੀਵਰਸਿਟੀ ਇੱਥੇ ਆਪਣੇ ਮਣੀ ਭਰਾ ਦਾ ਜਿਹੜਾ ਹੈਗਾ ਆਪਾਂ ਅੱਗੇ ਰੈਸਟੋਰੈਂਟ ਹੈ ਠੀਕ ਆ ਅਤੇ ਇਹ ਪੁਰਾਣੇ ਦੇਖ ਲਾ ਵੀ ਇੰਨੀ ਜਿਹੜਾ ਹੈਗਾ ਤਰੱਕੀ ਕੀਤੀ ਜਿਹੜੇ ਲੋਕਾਂ ਨੂੰ ਸਾਡੀ ਭਾਸ਼ਾ ਵੀ ਨਹੀਂ ਆਉਂਦੀ ਠੀਕ ਹੈ ਉਹਨਾਂ ਨੂੰ ਵੀ ਪੰਜਾਬੀ ਫੂਡ ਖਾਣ ਵਾਸਤੇ ਜਿਹੜਾ ਮਜਬੂਰ ਕੀਤਾ ਅਤੇ ਇੱਥੇ ਆ ਕੇ ਤੁਸੀਂ ਬਈ ਜਦੋਂ ਕਿਤੇ ਹੌਂਕੇ ਆਉਂਗੇ ਤਾਂ ਇਹਨਾਂ ਦਾ ਰੈਸਟੋਰੈਂਟ ਆ ਹੈਲੋ ਇੰਡੀਆ ਠੀਕ ਆ ਹੈਲੋ ਇੰਡੀਆ ਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੀ ਵਰਾਇਟੀ ਮਿਲਣੀ ਆ ਹਰ ਇੱਕ ਚੀਜ਼ ਮਿਲਣੀ ਹੈ ਬਾਕੀ ਆਹ ਭਰਾ ਦਾ ਕਾਰਡ ਹੈ ਠੀਕ ਹੈ ਇੱਥੇ ਤੁਹਾਨੂੰ ਮੈਂ ਸ਼ੋਅ ਕਰ ਦਿੰਦਾ ਨੰਬਰ ਵਗੈਰਾ ਲੋਕੇਸ਼ਨ ਵਗੈਰਾ ਪਰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਕਿ ਯਾਰ ਸਾਡੇ ਬੰਦਿਆਂ ਨੇ ਆਪਦੇ ਬਿਜ਼ਨਸ ਉਹਨਾਂ ਦੇਸ਼ਾਂ ਦੇ ਵਿੱਚ ਖੜ੍ਹੇ ਕੀਤੇ ਜਿੱਥੇ ਆਪਾਂ ਅੱਗੇ ਪੈਰਾਂ 'ਤੇ ਖੜ੍ਹਾ ਹੋਣਾ ਵੀ ਮੁਸ਼ਕਿਲ ਆ ਲੋਕ ਹਰ ਇੱਕ ਐਂ ਨਹੀਂ ਹੁੰਦਾ ਵੀ ਅਸੀਂ ਇਕੱਲੇ ਪੰਜਾਬੀ ਦਿਹਾੜੀਆਂ ਕਰਨ ਵਾਸਤੇ ਜੰਮੇ ਹਾਂ ਜਾਂ ਟਰੈਕਿੰਗ ਕਰਨ ਵਾਸਤੇ ਜੰਮੇ ਹਾਂ ਹੈ ਨਾ ਸੋ ਅਸੀਂ ਆਪਦੇ ਬਿਜ਼ਨਸ ਵੀ ਖੜ੍ਹੇ ਕਰ ਸਕਦੇ ਹਾਂ ਤਾਂ ਕਰਕੇ ਤੁਹਾਨੂੰ ਮੈਂ ਅੱਡ ਅੱਡ ਜਿਹੜੇ ਹੈਗਾ ਬਿਜ਼ਨਸਮੈਨਾਂ ਦੀਆਂ ਕਹਾਣੀਆਂ ਵੀ ਦਿਖਾਉਂਦਾ ਰਹੂੰਗਾ ਬਾਕੀ ਇਹਨਾਂ ਨੂੰ ਮੰਨ ਲਓ 8-8-10 ਸਾਲ ਲੱਗੇ ਬਾਈ ਇੱਥੇ ਚੀਜ਼ਾਂ ਆਉਂਦਿਆਂ ਨੂੰ ਅਤੇ ਪੰਜਾਬੀ ਹੁਣ ਤਾਂ ਸ਼ਰਾਬ ਨਾ ਪਿਆਉਣ ਇਹ ਤਾਂ ਮੈਨੂੰ ਲੱਗਦਾ ਹੋ ਨਹੀਂ ਸਕਦਾ ਹੈ ਨਾ ਤਾਂ ਪਿੱਛੇ ਪਤੰਦਰ ਨੇ ਬੋਤਲਾਂ ਹੀ ਬੋਤਲਾਂ ਕਰਕੇ ਪਈਆਂ ਠੀਕ ਆ ਪੈਕ ਬੁੱਕ ਵੀ ਲਾ ਸਕਦਾ ਇਕੱਲੇ ਸ਼ਰਾਬ ਨਹੀਂ ਨਾਲ ਬਾਈ ਇੱਥੇ ਜਿਹੜਾ ਹੈਗਾ ਬੀਕਾਨੇਰ ਵਾਲਿਆਂ ਗੁਲਾਬ ਜਾਮਣਾ ਵੀ ਖਵਾਉਂਦੇ ਆ ਇੱਥੋਂ ਬਿਨਾਂ ਛੋਲੇ ਵੀ ਮਿਲ ਜਾਣਗੇ ਸਾਨੂੰ ਅਤੇ ਹਰ ਚੀਜ਼ ਆ ਸਾਨੂੰ ਇੱਥੋਂ ਚੌਲਾਂ ਤੋਂ ਲੈ ਕੇ ਨੂਡਲ ਤੱਕ ਹਰ ਇੱਕ ਚੀਜ਼ ਆ ਜਿਹੜੀ ਇਹਨਾਂ ਤੋਂ ਮਿਲ ਜਾਂਦੀ ਹੈ ਠੀਕ ਆ ਅਤੇ ਕਦੇ ਆਇਓ ਤਾਂ ਭਾਈ ਹੌਂਕੇ ਨੰਗਦੇ ਦੱਬਦੇ ਤਾਂ ਹੌਂਕਣ ਯੂਨੀਵਰਸਿਟੀ ਜ਼ਰੂਰ ਆਇਓ ਅਤੇ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਪੰਜਾਬੀਆਂ ਦੀ ਤਰੱਕੀ ਦਾ ਦੁਨੀਆਂ ਨੂੰ ਪਤਾ ਲੱਗੇ।